ਬਾਰ ਬਾਰ ਹੱਥ ਨਹੀਂ ਖੜੇ ਕਰਾਣੇ। ਠੀਕ ਹੈ ਜੀ, ਲੱਖੇ ਤੇ ਹੋਣ ਇਹਨਾਂ ਨੂੰ ਪੀੜਾਂ ਦੇ ਨਾਂ ਦੀਆਂ ਲੋਰੀਆਂ ਜ਼ਿਕਰਾਂ ਲੱਗਦਾ ਮੇਰੇ ਪੀਰ ਦਾ ਬੋਲ ਸੱਚੇ ਦਰਬਾਰ ਕੀ ਜੈ। ਸੋ ਇੱਕ ਵਾਰੀ ਹੱਥ ਖੜੇ ਕਰਕੇ ਜਗਾਰੇ ਲਾਉਣਾ ਸਾਰੀ ਸੰਗਤ ਨੇ, ਸਾਰਿਆਂ ਦੀ ਹਾਜ਼ਰੀ ਲੱਗ ਜਾਏ ਪੀਰਾਂ ਦੇ ਚਰਨਾਂ ਦੇ ਵਿੱਚ, ਕਿਉਂਕਿ ਸਾਡੀਆਂ ਤਾਂ ਡੇਲੀ ਹਾਜ਼ਰੀ ਲੱਗਦੀਆਂ ਪੀਰਾਂ ਦੇ ਚਰਨਾਂ ਵਿੱਚ। ਤੁਸੀਂ ਕਿਸਮਤ ਵਾਲੇ ਹੋ, ਭਾਗਾਂ ਵਾਲੇ ਹੋ ਜਿਹੜੇ ਅੱਜ ਪੀਰਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਹਾਜ਼ਰੀ ਪਾ ਰਹੇ ਹੋ। ਇੱਕ ਵਾਰ ਸਾਰੀ ਸੰਗਤ ਹੱਥ ਖੜੇ ਕਰ ਲਓ ਜੀ, ਉੱਪਰ ਨੂੰ ਕੋਈ ਵੀ ਹੱਥ ਵੱਧ ਜਾਣਾ ਵਿੱਚ। ਅੱਜ ਆਪਾਂ ਜੇ ਕਰਨ ਆਜੇ ਵਾਲੀ ਸਰਕਾਰ ਦਾ ਬਿਨਾਂ ਹੱਥਾਂ ਦੇ ਨਾਲ ਮੱਥੇ ਮੱਥੇ ਦਾਣੀ ਵੀ ਵਜਾਣੀ ਸਾਰਿਆਂ ਨੇ, ਕਿ ਉਹ ਘਰ ਵਾਲਿਆਂ ਨੇ ਲੰਗਰ ਬੜਾਰਾ ਵੀ ਫਲਾਇਆ ਤੁਹਾਨੂੰ, ਕਿ ਉਹ ਮੋਢਾ ਚੱਪ ਦੇ ਕੇ ਜਾਣਾ ਤੁਸੀਂ ਜ਼ਿਕਰਾਂ ਨਾਲ, ਦਾੜੀਆਂ ਨਾਲ ਤੇ ਗਾਣ ਦੇ ਨਾਲ। ਜ਼ਿਕਰਾਂ ਲਾਉਣ ਵਾਲੇ ਪੀਰ ਦਾ ਹੋਈ ਤਨ ਜਿਨਾ ਦੀਆਂ ਛੁੱਟੀਆਂ, ਉਹ ਪੀਰ ਉਹਨਾਂ ਨੂੰ ਮਿਲਦਾ। ਅੱਜ ਪਤਾ ਲੱਗਣਾ ਵੀ ਕਿਹੜਾ ਕਿਹਨਾਂ ਦੀ ਨੀਤਾਂ ਸੱਚੀਆਂ। ਹੋਈ ਤਨ ਜਿਨਾ ਦੀਆਂ ਛੁੱਟੀਆਂ, ਉਹ ਪੀਰ ਉਹਨਾਂ ਨੂੰ ਮਿਲਦਾ। ਤਨ ਜਿਨਾ ਦੀਆਂ ਛੁੱਟੀਆਂ, ਉਹ ਪੀਰ ਉਹਨਾਂ ਨੂੰ ਮਿਲਦਾ। ਮਿਲਦਾ ਨਿਸ਼ਾਨ ਦੇ ਨਾਲ ਦੀਆਂ ਛੁੱਟੀਆਂ, ਉਹ ਪੀਰ ਉਹਨਾਂ ਨੂੰ
ਅਕਾਲ ਕੀ ਜੈ। ਚਾਹ ਦੀ ਕਰਾਂ ਮੈਂ ਤੈਨੂੰ ਫੜ ਕੇ ਰੇ ਢੋਲ ਵੱਜੇ ਦੇ ਪੀਰ ਦੀ ਸਾਡੇ
ਚਾਚੀਆਂ ਨੱਚੀਆਂ ਮਾਸੀਆਂ ਨੱਚੀਆਂ ਨਾਲੇ ਨੱਚੀਆਂ ਨੇ ਅੱਜ ਤਾਈਆਂ ਸਭ ਨੱਚੀਆਂ ਦੁਆਰੇ ਹੋਦੇ ਨੇੜੇ ਨੀ ਮਾਰਿਆ ਅੱਜ ਨੱਚਿਆ ਪੀਰ
ਕਰਨ ਲਾਲਾ ਵਾਲੇ ਪੀਰ ਦਾ। ਮੇਰੇ ਕੁੱਤੀ ਪਾਲਿਆ ਤੇਰੇ ਪਿਆ ਹੋਰ ਨਹੀਂ।
Thank you.
ਕਿਤਾਨਾ